ਸੰਤਾਂ ਕੇ ਕਾਰਜ ਪਾਪ ਖਲੋਇਆ ਸੰਤਾਂ ਕੇ ਕਾਰਜ ਹਰ ਕੰਮ ਕਰਾਵਣ ਆਇਆ ਰਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪੀਰ ਹਾਮਾ ਤਾਂ ਭਰੇ ਜਾਮਰਦਾਰ ਨਾ ਖਾਏ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਦੋ ਪ੍ਰੇਮੀ ਆਏ ਅਤੇ ਦੋਹਾਂ ਨੇ ਹੀ ਵਾਰੀ-ਵਾਰੀ 1 ਰੁਪਿਆ ਮੱਥਾ ਟੇਕਿਆ ਜਿਸ ਵੇਲੇ ਇਹ ਦੋਵੇਂ ਬੈਠ ਗਏ ਉਸ ਸਮੇਂ ਹਜੂਰ ਨੇ ਬਚਨ ਕੀਤਾ ਰੰਗ ਚਿੱਟਾ ਖੰਭ ਕਾਲੇ ਉੱਡ ਜਾ ਤਿਰਮਚੀਏ ਇਹ ਵਚਨ ਤਿੰਨ ਵਾਰ ਦੁਹਰਾਇਆ ਉਪਰੰਤ ਉਹਨਾਂ ਦੋਹਾਂ ਵਿੱਚੋਂ ਇੱਕ ਅੱਗੇ ਇੱਕ ਪਿੱਛੇ ਬੈਠਾ ਸੀ ਪਿਛਲੇ ਵੱਲ ਇਸ਼ਾਰਾ ਕਰਕੇ ਵਚਨ ਕੀਤਾ ਬਈ ਤੂੰ ਆਪਣਾ ਰੁਪਈਆ ਚੁੱਕ ਲੈ ਅਤੇ ਛੇਤੀ ਕਰ ਇਥੋਂ ਤੁਰਦਾ ਹੋ ਉਸ ਨੇ ਆਪਣਾ ਰੁਪਈਆ ਚੁੱਕ ਲਿਆ ਅਤੇ ਉੱਠ ਕੇ ਖੜਾ ਹੋ ਗਿਆ ਤੇ ਫਿਰ ਪੁੱਛਿਆ ਮਹਾਰਾਜ ਇਸ ਦਾ ਰੁਪਈਆ ਤਾਂ ਮਨਜ਼ੂਰ ਕਰ ਲਿਆ ਪਰ ਮੇਰਾ ਮੈਨੂੰ ਹੀ ਮੋੜ ਦਿੱਤਾ ਨਾਲ ਹੀ ਕਹਿ ਦਿੱਤਾ ਕਿ ਇਥੋਂ ਤੁਰਦਾ ਹੋ ਉਪਰੰਤ ਬਾਬਾ ਜੀ ਨੇ ਬਚਨ ਕੀਤਾ ਤੁਹਾਡਾ ਦੋਹਾਂ ਦਾ ਪਿੰਡ ਵੀ ਇੱਕ ਹੈ ਇਸ ਦਾ ਰੁਪਈਆ ਤਾਂ ਹੱਕ ਦੀ ਕਮਾਈ ਦਾ ਹੈ ਤੇ ਤੂੰ ਆਪਣੀਆਂ ਦੋ ਕੁੜੀਆਂ ਦੇ ਰੁਪਏ ਲਏ ਤੇ ਉਹਨਾਂ ਰੁਪਈਆ ਵਿੱਚੋਂ ਸਾਨੂੰ ਰੁਪਈਆ ਮਥਾ ਟੇਕਿਆ ਇਹ ਰੁਪਈਆ ਪਾਪ ਰੂਪ ਹੈ ਤੇ ਇਸ ਵਿੱਚੋਂ ਇੱਕ ਸਾਨੂੰ ਦੇ ਰਿਹਾ ਹੈ ਜਿਸ ਨੂੰ ਤਾਂ ਨਹੀਂ ਪਤਾ ਉਹ ਤਾਂ ਤੇਰਾ ਰੁਪਈਆ ਲੈ ਲਵੇ ਸਾਨੂੰ ਤਾਂ ਪਤਾ ਹੈ ਅਸੀਂ ਕਿਉਂ ਲਈਏ ਤੇਰੇ ਘਰ ਦਾ ਪਾਣੀ ਪੀਣਾ ਵੀ ਪਾਪ ਹੈ ਇਸ ਤੋਂ ਬਾਅਦ ਉਸ ਨਾਲ ਕੋਈ ਬਚਨ ਨਹੀਂ ਕੀਤਾ ਅਤੇ ਫਿਰ ਦੂਜੇ ਪ੍ਰੇਮੀ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਤੇਰੀ ਕੀ ਇੱਛਾ ਹੈ ਤੂੰ ਦੱਸ ਉਸ ਨੇ ਬੇਨਤੀ ਕੀਤੀ ਮਹਾਰਾਜ ਘਰ ਵਿੱਚ ਗਰੀਬੀ ਹੈ ਛੋਟੇ ਛੋਟੇ ਬੱਚੇ ਹਨ ਮਿਹਰ ਕਰੋ ਉਪਰੰਤ ਬਾਲਾ ਜੀ ਨੂੰ ਹੁਕਮ ਹੋਇਆ ਕਿ ਇਸ ਪ੍ਰੇਮੀ ਦੀ ਸ਼ਰ੍ਹਾ ਕਰਵਾ ਕੇ ਹਾਜ਼ਰ ਕਰੋ ਫਿਰ ਬਾਲਾ ਜੀ ਉਸ ਦੀ ਸਰਾਹ ਕਰਾ ਕੇ ਲੈ ਆਏ ਫਿਰ ਉਹੀ ਰੁਪਈਆ ਆਪਣੇ ਹੱਥ ਨਾਲ ਚੁੱਕ ਕੇ ਉਸ ਨੂੰ ਹੀ ਮੋੜ ਕੇ ਹੁਕਮ ਕੀਤਾ ਇਸ ਨੂੰ ਘਰ ਲਿਜਾ ਕੇ ਸਾਹਮਣੇ ਰੱਖਣਾ ਦੁੱਧ ਪੁੱਤ ਦੀ ਟੋਟ ਨਹੀਂ ਆਏਗੀ ਤੇਰੇ ਪਿੰਡ ਕੋਈ ਗੁਰਦੁਆਰਾ ਹੈ ਤਾਂ ਉਥੇ ਜਾ ਕੇ ਦੋ ਵੇਲੇ ਮੱਥਾ ਟੇਕਣਾ ਤੇ ਹੁਣ ਤੂੰ ਜਾ ਇਹ ਸਾਰਾ ਕੁਝ ਉਸ ਦੇ ਸਾਹਮਣੇ ਵਾਪਰਿਆ ਮਹਾਪੁਰਖ ਬੇਪਰਵਾਹ ਜਿਵੇਂ ਬਾਣੀ ਵਿੱਚ ਸਾਹਿਬ ਨੇ ਦੱਸਿਆ ਹੈ ਪ੍ਰਭ ਕੋ ਸਿਮਰੇ ਸੇ ਬਹਿਮੋਤਾਜੇ ਇੱਕ ਮਾਇਆ ਧਾਰੀ ਰਾਸੀ ਬੰਦਾ ਲਾਪਰਵਾਹ ਹੈ ਬੇਪਰਵਾਹ ਮਹਾਪੁਰਖੀ ਹੁੰਦੇ ਹਨ ਨਾ ਜਾਣੀ ਸੰਤਨ ਪ੍ਰਭ ਬਿਨ ਆਨ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਇੱਕ ਬਾਬਾ ਜੀ ਦਾ ਪੁਰਾਣਾ ਸੇਵਕ ਸੀ ਮਾਤਾ ਪਿਤਾ ਦੇ ਸੇਵਾ ਵਿੱਚ ਜਾਣ ਤੋਂ ਪਹਿਲਾਂ ਹੀ ਸੇਵਾ ਕਰਦਾ ਹੁੰਦਾ ਸੀ ਇਸ ਦੀ ਨੌਜਵਾਨ ਲੜਕੀ ਵਿਆਹਣ ਯੋਗ ਸੀ ਇੱਕ ਵਾਰ ਇਸ ਦੀ ਘਰ ਵਾਲੀ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਮਹਾਰਾਜ ਸਾਡੀ ਕੁੜੀ ਵਿਆਹਣ ਯੋਗ ਹੈ ਆਪਣੇ ਘਰ ਵਾਲੇ ਵੱਲ ਇਸ਼ਾਰਾ ਕਰਕੇ ਬੋਲੀ ਇਸ ਨੂੰ ਤਾਂ ਕੋਈ ਫਿਕਰ ਨਹੀਂ ਮੈਂ ਤਾਂ ਇਸ ਨੂੰ ਬਹੁਤ ਗਿਆ ਹੈ ਇਹ ਤਾਂ ਪ੍ਰਵਾਹ ਹੀ ਨਹੀਂ ਕਰਦਾ ਜੀ ਤੁਸੀਂ ਹੀ ਇਸ ਨੂੰ ਕੁਝ ਕਹੋ ਉਪਰੰਤ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿਉਂ ਭਈ ਤੂੰ ਕਿਉਂ ਨਹੀਂ ਲੜਕੀ ਦਾ ਕਾਰਜ ਕਰਦਾ ਉੱਤਰ ਵਿੱਚ ਉਸ ਨੇ ਬੇਨਤੀ ਕੀਤੀ ਜੀ ਮਹਾਰਾਜ ਮੇਰੇ ਘਰ ਵਾਲੀ ਚਾਹੁੰਦੀ ਹੈ ਕਿ ਮੈਂ ਕੁੜੀ ਦੇ ਪੈਸੇ ਲੈ ਕੇ ਵਿਆਹ ਕਰਾਂ ਮੈਂ ਪੈਸੇ ਨਹੀਂ ਲੈਣੇ ਪੁੰਨ ਦਾ ਵਿਆਹ ਕਰਨਾ ਹੈ ਜਿਸ ਵੇਲੇ ਮੇਰੇ ਵਿੱਚ ਹਿੰਮਤ ਪਾਉਗੀ ਕਰ ਦਿਆਂਗਾ ਬਾਬਾ ਜੀ ਨੇ ਵਚਨ ਕੀਤਾ ਕਿਉਂ ਦੇਵੀ ਧੀ ਦੇ ਪੈਸੇ ਲੈ ਕੇ ਕਿਸ ਜਨਮ ਵਿੱਚ ਮੋੜੇਗੀ ਐਨਾ ਵੱਡਾ ਪਾਪ ਕਿਤੇ ਵੀ ਬਖਸ਼ਿਆ ਨਹੀਂ ਜਾਏਗਾ ਉਸ ਬੀਬੀ ਨੇ ਆਖਿਆ ਮਹਾਰਾਜ ਜੇ ਸਾਡੇ ਵਿੱਚ ਹਿੰਮਤ ਹੋਵੇ ਤਾਂ ਅਸੀਂ ਕਰ ਦਿੰਦੇ ਤੁਸੀਂ ਦੱਸੋ ਹੁਣ ਕਿਵੇਂ ਕਰੀਏ ਇਹ ਤਾਂ ਤੁਹਾਡੇ ਕੋਲ ਹੀ ਬੈਠਾ ਰਹਿੰਦਾ ਹੈ ਫੇਰ ਉਸ ਸੇਵਾਦਾਰ ਵੱਲ ਦੇਖ ਕੇ ਬਚਨ ਕੀਤਾ ਕਿਉਂ ਭਈ ਤੂੰ ਕਦੇ ਆਪਣੇ ਘਰ ਦੀ ਕੋਈ ਦੁੱਖ ਤਕਲੀਫ ਨਹੀਂ ਦੱਸੀ ਉਸ ਨੇ ਬੇਨਤੀ ਕੀਤੀ ਮਹਾਰਾਜ ਮੈਂ ਤਾਂ ਆਪਣਾ ਅੱਗਾ ਸਵਾਰਨ ਵਾਸਤੇ ਸੇਵਾ ਵਿੱਚ ਲੱਗਿਆ ਰਹਿੰਦਾ ਹਾਂ ਮੈਂ ਵੀ ਤੁਹਾਡਾ ਹਾਂ ਪਰਵਾਰ ਵੀ ਤੁਹਾਡਾ ਹੀ ਹੈ ਇਹ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ ਸ਼ੁੱਧ ਹੈ ਸਵੇਰੇ ਤੁਸੀਂ ਦੋਵੇਂ ਜਦੋਂ ਘਰੋਂ ਆਇਓ ਤਾਂ ਕੰਨਿਆ ਨੂੰ ਵੀ ਨਾਲ ਲੈ ਕੇ ਆਇਓ ਉਸ ਤੋਂ ਅਗਲੇ ਦਿਨ ਉਹ ਦੋਵੇਂ ਤੇ ਤੀਸਰੀ ਲੜਕੀ ਨਾਲ ਲੈ ਕੇ ਹੁਕਮ ਅਨੁਸਾਰ ਹਾਜ਼ਰ ਹੋ ਗਏ ਬਾਬਾ ਜੀ ਨੇ ਹੁਕਮ ਕੀਤਾ ਬਾਲਿਆ ਸਾਰੇ ਪਰਿਵਾਰ ਦੀ ਸ਼ਰਾ ਕਰਾਓ ਅੰਦਰਲੀ ਬਾਹਰਲੀ ਸ਼ਰਾ ਹੁਕਮ ਅਨੁਸਾਰ ਸੰਤ ਨਾਰਾਇਣ ਸਿੰਘ ਜੀ ਨੇ ਕਰਵਾਈ ਉਪਰੰਤ ਕੁਝ ਸਮਾਂ ਸਾਰੇ ਪਰਿਵਾਰ ਨੂੰ ਆਪਣੇ ਸਾਹਮਣੇ ਬਿਠਾ ਕੇ ਕੋਈ ਮਿਹਰ ਦੀ ਨਿਗਾਹ ਕੀਤੀ ਤੇ ਹੁਕਮ ਕੀਤਾ ਜਾਓ ਕੋਈ ਘਰ ਵੇਖ ਕੇ ਕੰਨਿਆ ਦਾ ਵਿਆਹ ਕਰ ਦਿਓ ਸੁਖੀ ਰਹੇਗੀ ਤੁਰਨ ਲੱਗੇ ਉਸ ਪ੍ਰੇਮੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਪਤਾ ਨਹੀਂ ਕਦੋਂ ਕੋਈ ਘਰ ਮਿਲੇ ਮੇਰੀ ਸੇਵਾ ਵਿੱਚ ਨਾਗਾ ਨਾ ਪਵੇ ਮੈਂ ਕਿਤੇ ਘਰ ਵੇਖਣ ਨਹੀਂ ਜਾਣਾ ਬਾਬਾ ਜੀ ਨੇ ਵਜਨ ਕੀਤਾ ਤੂੰ ਘਰ ਅਪੜ ਜਾ ਕੇ ਵੇਖ ਗੁਰੂ ਨਾਨਕ ਕੀ ਕਰਦਾ ਹੈ ਉਹ ਘਰ ਅਪੜਿਆ ਅੱਗੇ ਇਸ ਦਾ ਨੇੜੇ ਦਾ ਸੰਬੰਧੀ ਘਰ ਆ ਮਿਲਿਆ ਤੇ ਕਹਿਣ ਲੱਗਾ ਕਿ ਮੈਂ ਤੇਰੀ ਲੜਕੀ ਵਾਸਤੇ ਇੱਕ ਜਗ੍ਹਾ ਉੱਤੇ ਲੜਕਾ ਪਸੰਦ ਕੀਤਾ ਹੈ ਤੂੰ ਚੱਲ ਕੇ ਵੇਖ ਇਹ ਕਹਿਣ ਲੱਗਾ ਕਿ ਜੇ ਤੇਰੇ ਪਸੰਦ ਹੈ ਤਾਂ ਸਭ ਕੁਝ ਠੀਕ ਹੈ ਇਹ ਉਸ ਦੇ ਨੇੜੇ ਤੋਂ ਰਿਸ਼ਤੇਦਾਰ ਸੀ ਇਸ ਨੇ ਉਸ ਨੂੰ ਸਗੰ ਦੇ ਕੇ ਤੋੜ ਦਿੱਤਾ ਤੇ ਨਾਲ ਹੀ ਵਿਆਹ ਦਾ ਦਿਨ ਨਿਯਤ ਹੋ ਗਿਆ ਅਗਲੇ ਦਿਨ ਫੇਰ ਸੇਵਾਦਾਰ ਦੁੱਧ ਲੈ ਕੇ ਹਾਜ਼ਰ ਹੋ ਗਿਆ ਤੇ ਬਾਬਾ ਜੀ ਨੇ ਉਸੇ ਵਕਤ ਹੀ ਤੋਰ ਜਾਣ ਦਾ ਹੁਕਮ ਦਿੱਤਾ ਉਪਰੰਤ ਸੇਵਾਦਾਰ ਦੱਸ ਗਿਆ ਕਿ ਬਾਬਾ ਜੀ ਸਰਬ ਕਲਾ ਸਮਰੱਥ ਜੋ ਚਾਹਣ ਸੋ ਕਰ ਵੀ ਸਕਦੇ ਹਨ ਤੇ ਕਰਵਾ ਵੀ ਸਕਦੇ ਹਨ ਅੱਗੇ ਵੀ ਇਹ ਰਿਵਾਜ ਹੁੰਦਾ ਸੀ ਕਿ ਤੇ ਹੁਣ ਵੀ ਹੈ ਵਿਆਹ ਸ਼ਾਦੀ ਦੇ ਮੌਕੇ ਉੱਤੇ ਅੰਦਰ ਲਿਪ ਪੋਚ ਕੇ ਸਵਾਰਨਾ ਜੇ ਹਿੰਮਤ ਭਵੇ ਤਾਂ ਕੁਝ ਨਵਾਂ ਵੀ ਤਿਆਰ ਕਰ ਲੈਣਾ ਇਹ ਕੋਈ ਕੱਚਾ ਕੋਠੜਾ ਛੋਟਾ ਸਮਾਨ ਰੱਖਣ ਲਈ ਤਿਆਰ ਕਰ ਰਹੇ ਸਨ ਕੁਝ ਥਾਂ ਪੁੱਟੀ ਜ਼ਮੀਨ ਹੀਠੋਂ ਕੁਝ ਚਾਂਦੀ ਦੇ ਰੁਪਈਏ ਮਿਲ ਗਏ ਗੁਰਬਾਣੀ ਵਿੱਚ ਸੱਚ ਆਖਿਆ ਹੈ ਪਾਸ਼ਕਰੋਂਤ ਅਗਰ ਨਹੀਂ ਵਹ ਨਿਰਾਸ ਆਸਪੂਰਨ ਹੈ ਨਿਰਦਨ ਭਿਆਂ ਤਨਵੰਤ ਹੈ ਰੋਗੀਆਂ ਰੋਗ ਖੰਡਣ ਹੈ ਭਗਤ ਹੈ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ ਪਰਮ ਬ੍ਰह्म ਪੁਰਖ ਦਾ ਤਾਰਾ ਨਾਨਕ ਗੁਰ ਸੇਵਾ ਕਿਨ ਲਭਤੇ ਪੂਰਨ ਮਹਾਪੁਰਖ ਦੀ ਨਿਸਕਾਮ ਸੇਵਾ ਨੇ ਰੰਗ ਲਾ ਦਿੱਤਾ ਮਹਾ ਪਰਖਾਂ ਦੀ ਪ੍ਰਸੰਨਤਾ ਵਾਹਿਗੁਰੂ ਦੀ ਪ੍ਰਸੰਨਤਾ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਗ੍ਰਸਤੀ ਬੰਦਾ ਘਰ ਵਿੱਚ ਵਿਆਹ ਰਚਿਆ ਹੋਇਆ ਗਰੀਬੀ ਹੈ ਅਚਾਨਕ ਹੀ ਮਾਇਆ ਮਿਲ ਗਈ ਸਾਰੀਆਂ ਸੋਚਾਂ ਵਿਚਾਰਾਂ ਮੁੱਕ ਗਈਆਂ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਹੁੰਦੇ ਸਨ ਗ੍ਰਸਤੀ ਕੋਲ ਗੁਜਾਰੇ ਜੋਗੀ ਮਾਇਆ ਨਾ ਹੋਵੇ ਤਾਂ ਉਹ ਗੌਡੀ ਤੋਂ ਖੋਟਾ ਹੈ ਕਿਉਂਕਿ ਗ੍ਰਸਤੀ ਦਾ ਕੋਈ ਵੀ ਕਾਰਜ ਮਾਇਆ ਤੋਂ ਬਿਨਾ ਸਿੱਧਾ ਨਹੀਂ ਹੋ ਸਕਦਾ ਜੇ ਸਾਧ ਕੋਲ ਮਾਇਆ ਆ ਜਾਏ ਉਸ ਦਾ ਮਨ ਨਾਮ ਜਪਣ ਵਿੱਚ ਨਹੀਂ ਲੱਗਦਾ ਜੇ ਸਾਧ ਹੋ ਗਏ ਵਿਕਾਰਾਂ ਦੀ ਚਤਵਨੀ ਵਿੱਚ ਹੈ ਤਾਂ ਉਹ ਵੀ ਕੌਡੀ ਤੋਂ ਖੋਟਾ ਹੋ ਜਾਂਦਾ ਹੈ ਖੁਸ਼ੀਆਂ ਵਿੱਚ ਵਿਆਹ ਹੋ ਗਿਆ ਤਾਂ ਵਿਆਹ ਦੇ ਦਿਨਾਂ ਵਿੱਚ ਇਸ ਪ੍ਰੇਮੀ ਨੇ ਸੇਵਾ ਕਰਨ ਦਾ ਨਿਯਮ ਨਹੀਂ ਤਿਆਗਿਆ ਇਸ ਪ੍ਰੇਮੀ ਨੇ ਲੜਕੀ ਦੀ ਸ਼ਾਦੀ ਕਰ ਦਿੱਤੀ ਅਤੇ ਸੋਰਖਰੂ ਹੋ ਗਿਆ ਨਿਜਮ ਅਨਸਾਰ ਸੇਵਾ ਕਰਦਾ ਰਿਹਾ ਕੁਝ ਸਮੇਂ ਉਪਰੰਤ ਇਹ ਪ੍ਰੇਮੀ ਆਪਣੀ ਲੜਕੀ ਨੂੰ ਨਾਲ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਪੁੱਚੋਵਾਲ ਨੂੰ ਆ ਰਿਹਾ ਸੀ ਕੁਝ ਸਮਾਂ ਵੀ ਠੀਕ ਨਹੀਂ ਸੀ ਇਹ ਦੋਵੇਂ ਪਿਓ ਧੀ ਲੜਕੀ ਦੇ ਵਿਆਹ ਵਾਲੇ ਕੁਝ ਕੱਪੜੇ ਮਾੜਾ ਮੋਟਾ ਗਹਿਣਾ ਵੀ ਪਾਇਆ ਹੋਇਆ ਸੀ ਇਹਨਾਂ ਨੂੰ ਰਸਤੇ ਵਿੱਚ ਲੁੱਟਣ ਖੋਣ ਵਾਲੇ ਮਿਲ ਗਏ ਇੱਧਰ ਡੇਰੇ ਵਿੱਚ ਬਾਬਾ ਜੀ ਬਿਰਾਜੇ ਹੋਏ ਸਨ ਅਤੇ ਅਚਾਨਕ ਹੀ ਬਚਨ ਕੀਤਾ ਬਾਲਿਆ ਸਾਨੂੰ ਇੱਕ ਡਾਂਗ ਲਿਆ ਕੇ ਦਿਓ ਹੁਕਮ ਅਨੁਸਾਰ ਸੰਤ ਨਾਰਾਇਣ ਸਿੰਘ ਜੀ ਨੇ ਡਾਂਗ ਲਿਆ ਦਿੱਤੀ ਬਾਬਾ ਜੀ ਨੇ ਉਸ ਵਕਤ ਖੱਦਰ ਦਾ ਸਫਾ ਆਪਣੇ ਮੁਖ ਉੱਤੇ ਲਪੇਟਿਆ ਹੋਇਆ ਸੀ ਡਾਂਗ ਲੈਣ ਉਪਰੰਤ ਹੁਕਮ ਕੀਤਾ ਸਾਡੇ ਅਸਨ ਵਾਲੀ ਕੋਠੜੀ ਦਾ ਦਰਵਾਜ਼ਾ ਬੰਦ ਕਰੋ ਜਿੰਨਾ ਚਿਰ ਅਸੀਂ ਅੰਦਰੋਂ ਆਵਾਜ਼ ਨਾ ਦਈਏ ਬਾਹਰ ਨਹੀਂ ਖੋਲਣਾ ਹੁਕਮ ਅਨਸਾਰ ਦਰਵਾਜ਼ਾ ਬੰਦ ਕਰ ਦਿੱਤਾ ਕਾਫੀ ਸਮਾਂ ਤਕਰੀਬਨ 1 ਜਾਂ ਡੇਢ ਘੰਟਾ ਦਰਵਾਜ਼ਾ ਬੰਦ ਰਿਹਾ ਇਸੇ ਦੌਰਾਨ ਕੁਝ ਪ੍ਰੇਮੀ ਬਾਹਰੋਂ ਦਰਸ਼ਨ ਕਰਨ ਆਏ ਤੇ ਦਰਵਾਜ਼ਾ ਬੰਦ ਵੇਖ ਕੇ ਓਹ ਹੈਰਾਨ ਸਨ ਅੱਜ ਦਰਵਾਜ਼ਾ ਬੰਦ ਕਿਉਂ ਕੀਤਾ ਹੈ ਕੁਝ ਸਮੇਂ ਬਾਅਦ ਦਰਵਾਜ਼ਾ ਖੋਲ੍ਹਿਆ ਗਿਆ ਜਿਸ ਸਮੇਂ ਦਰਵਾਜ਼ਾ ਖੋਲ੍ਹਿਆ ਬਾਬਾ ਜੀ ਦਾ ਸਰੀਰ ਰੇਤੇ ਨਾਲ ਲਿਬੜਿਆ ਹੋਇਆ ਸੀ ਇਹ ਵੇਖ ਕੇ ਸੰਗਤ ਵੀ ਹੈਰਾਨ ਸੀ ਅਤੇ ਸੇਵਕ ਵੀ ਹੈਰਾਨ ਸਨ ਸਭ ਨੂੰ ਹੁਕਮ ਹੋਇਆ ਸਾਡੇ ਸਰੀਰ ਤੋਂ ਰੇਤਾ ਝਾੜੋ ਸਾਰੇ ਸਰੀਰ ਨੂੰ ਸੰਗਤ ਨੇ ਮਿਲ ਕੇ ਸਾਫ਼ ਕੀਤਾ ਹੈਰਾਨ ਅਤੇ ਅश्चਰਜ ਸਾਰੇ ਸਨ ਉਪਰੰਤ ਉਹ ਸੇਵਾਦਾਰ ਆਪਣੀ ਲੜਕੀ ਸਮੇਤ ਆ ਹਾਜ਼ਰ ਹੋਇਆ ਮਥਾ ਟੇਕਿਆ ਉਸੇ ਵਕਤ ਹੀ ਉਹ ਲੜਕੀ ਬੋਲ ਪਈ ਕਹਿਣ ਲੱਗੀ ਬਾਪੂ ਅੱਜ ਆਪਣੀ ਰੂਮੀ ਵਾਲੇ ਬਾਬਿਆਂ ਨੇ ਰੱਖਿਆ ਕੀਤੀ ਹੈ ਜਿਹੜੇ ਆਪਾਂ ਨੂੰ ਖੋਣ ਵਾਲੇ ਮਿਲੇ ਸਨ ਉਸ ਵੇਲੇ ਜਿਸ ਨੇ ਆਪਣੀ ਰੱਖਿਆ ਕੀਤੀ ਸੀ ਉਹ ਇਹਨਾਂ ਬਾਬਿਆਂ ਵਰਗਾ ਅਤੇ ਦੋ ਬੰਦੇ ਇਹਨਾਂ ਦੇ ਨਾਲ ਹੋਰ ਸੀ ਬਾਬਾ ਜੀ ਨੇ ਉਸੇ ਵਕਤ ਹੀ ਉਸ ਲੜਕੀ ਨੂੰ ਚੁੱਪ ਕਰਾ ਦਿੱਤਾ ਉਪਰੰਤ ਉਸ ਲੜਕੀ ਦੇ ਪਿਤਾ ਨੂੰ ਘੂਰ ਕੇ ਕਿਹਾ ਤੂੰ ਘਰੋਂ ਤੁਰਨ ਵੇਲੇ ਵੇਲਾਕ ਵੇਲਾ ਨਹੀਂ ਵੇਖਦਾ ਜੇ ਅੱਜ ਤੇਰੀ ਰਾਖੀ ਨਾ ਹੁੰਦੀ ਤਾ ਕੀ ਬਣਦਾ ਉਹਨਾਂ ਨੇ ਲੜਕੀ ਖੋ ਕੇ ਲੈ ਜਾਣੀ ਸੀ ਇਹ ਪ੍ਰਸੰਗ ਵੱਡਾ ਝੰਡਾ ਸਿੰਘ ਸੇਮਾ ਨਿਵਾਸੀ ਤੋਂ ਮਿਲਿਆ ਸਿੱਧ ਸਮਾਦ ਕਰੇ ਨਿਤ ਝਗਰਾ ਦੁਹ ਲੋਚਨ ਕਿਆ ਹੈ ਰੇ ਅੰਤਰ ਜੋਤ ਸ਼ਬਦ ਤੁਨ ਜਾਗੈ ਸਤਗੁਰ ਝਗਰ ਨਵੇਰੇ ਮਹਾਪੁਰਖਾਂ ਦੀ ਨਿਤ ਕਿਰਿਆ ਵੇਖ ਕੇ ਰਹਿਣੀ ਬਹਿਣੀ ਵੇਖ ਕੇ ਕਈ ਸਤਸੰਗੀ ਸੋਚਾਂ ਵਿਚਾਰਾਂ ਵਿੱਚ ਆ ਕੇ ਕੁਝ ਸੋਚ ਲੈਂਦੇ ਹਨ ਜਦ ਕੀ ਅਸਲੀਅਤ ਕੁਝ ਹੋਰ ਵੀ ਹੁੰਦੀ ਹੈ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਉੱਚੋ ਦਰਸ਼ਨ ਕਰਨ ਆਏ ਸਨ ਤੇ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੁਕਮ ਦੇ ਕੇ ਕਲੇਰਾਂ ਵਾਲਿਆਂ ਦਾ ਆਸਨ ਢਿੱਲੇ ਉੱਪਰ ਕਰਵਾ ਦਿੱਤਾ ਅਗਲੇ ਦਿਨ ਸਵੇਰੇ ਸਵੇਰੇ ਬਾਬਾ ਆਨੰਦ ਸਿੰਘ ਜੀ ਢਿੱਲੇ ਉੱਪਰ ਪੈਰਾ ਵਿੱਚ ਜੋੜਾ ਪਾ ਕੇ ਟਹਿਲ ਰਹੇ ਸਨ ਟਹਿਲ ਰਹੇ ਸਨ ਉਸ ਸਮੇ ਮਾਈ ਦਾ ਤਾਰਕੌਰ ਥਾਣੇਦਾਰਨੀ ਨੇ ਬਾਬਾ ਜੀ ਪਾਸ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਕਿਹਾ ਮਹਾਰਾਜ ਆਨੰਦ ਸਿੰਘ ਟਿੱਲੇ ਉੱਤੇ ਜੁਤੀਸਣੇ ਤੁਰਿਆ ਫਿਰਦਾ ਹੈ ਉਸੇ ਸਮੇਂ ਬਾਬਾ ਮਹਾਰਨਾਮ ਸਿੰਘ ਜੀ ਸਹਿਜ ਸਬਾ ਆਪਣੀ ਮौज ਵਿੱਚ ਲੰਮੇ ਪਏ ਸਨ ਉੱਠ ਕੇ ਬੈਠ ਗਏ ਅਤੇ ਬਚਨ ਕੀਤਾ ਇੱਕ ਵਾਰ ਫਿਰ ਉਸੇ ਤਰ੍ਹਾਂ ਕਹੋ ਉਸ ਨੇ ਫਿਰ ਉਹੀ ਉੱਪਰਲੀ ਗੱਲ ਦੁਹਰਾਈ ਕੀ ਆਨੰਦ ਸਿੰਘ ਟਿੱਲੇ ਉਪਰ ਜੁੱਤੀ ਸਣੇ ਤੁਰਿਆ ਫਿਰਦਾ ਹੈ ਬਾਬਾ ਮਹਾਰਨਾਮ ਸਿੰਘ ਜੀ ਨੇ ਰੋਹ ਵਿੱਚ ਆ ਕੇ ਬਚਨ ਕੀਤਾ ਜਾ ਟਿੱਲੇ ਉਤੇ ਜਾ ਕੇ ਵੇਖ ਕਿਤੇ ਕੋਈ ਜੁੱਤੀ ਦਾ ਨਿਸ਼ਾਨ ਹੈ ਉਸ ਨੇ ਵੇਖ ਕੇ ਹੈਰਾਨ ਹੋ ਕੇ ਬਚਨ ਕੀਤਾ ਨਹੀਂ ਮਹਾਰਾਜ ਜੁੱਤੀ ਦਾ ਨਿਸ਼ਾਨ ਧਰਤੀ ਉੱਤੇ ਕਿਤੇ ਨਹੀਂ ਹੈ ਇਹ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਉਸ ਦੇ ਪੈਰਾਂ ਹੇਠ ਦੇਵਤਿਆਂ ਹੱਥ ਰੱਖੇ ਹੋਏ ਹਨ ਉਸ ਦੇ ਚਰਨਾਂ ਦੀ ਧੂੜ ਨੂੰ ਦੇਵਤੇ ਵੀ ਲੋਚਦੇ ਹਨ ਹੁਕਮ ਬਿਨਾਂ ਕਿਸੇ ਨੂੰ ਨਹੀਂ ਮਿਲਦੀ ਇਹ ਆਨੰਦ ਸਿੰਘ ਅੱਗੇ ਵਾਲਾ ਆਨੰਦ ਸਿੰਘ ਨਹੀਂ ਹੈ ਹੁਣ ਇਹ ਆਨੰਦ ਸਿੰਘ ਹੈ ਮਹਾਪੁਰਖ ਹੈ ਅੱਗੇ ਵਾਸਤੇ ਜੇ ਸਾਡੇ ਕੋਲ ਕੋਈ ਕੁਝ ਕਹਿਣਾ ਹੋਵੇ ਤਾਂ ਇਹਨਾਂ ਨੂੰ ਮਹਾਪੁਰਖ ਕਹੋ ਸਭ ਕੁਝ ਇਸ ਦੇ ਵਿੱਚ ਹੈ ਜਿਵੇਂ ਤੂੰ ਕਿਹਾ ਹੈ ਇਉਂ ਕਦੇ ਸਾਡੇ ਕੋਲ ਨਾ ਆਖੀ ਇਸ ਵਾਰ ਤਾਂ ਤੈਨੂੰ ਬਖਸ਼ਿਆ ਇਹ ਬਚਨ ਮਾਤਾ ਪਿਤਾ ਪਾਸੋਂ ਮਿਲਿਆ ਇੱਕ ਵਾਰ ਦਾਸ ਪਿਤਾ ਜੀ ਨਾਲ ਨਾਨਕ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਅੱਗੇ ਬਾਬਾ ਈਸ਼ਰ ਸਿੰਘ ਜੀ ਨਾਲ ਪਿਛਲੇ ਪੁੱਛੋ ਦੇ ਬਚਨ ਚੱਲੇ ਉਪਰੰਤ ਬਾਬਾ ਈਸ਼ਰ ਸਿੰਘ ਜੀ ਨੇ ਪਿਤਾ ਜੀ ਨੂੰ ਪੁੱਛਿਆ ਬਾਬਾ ਢੋਲੀ ਆਪਣੇ ਬਾਬਾ ਜੀ ਦਾ ਭਾਵ ਕਲੇਰਾਂ ਵਾਲੇ ਬਾਬਾ ਜੀ ਦਾ ਅਸਲੀ ਨਾਮ ਕੀ ਹੈ ਅੱਗੋਂ ਪਿਤਾ ਜੀ ਨੇ ਉੱਤਰ ਦਿੱਤਾ ਜੀ ਤੁਹਾਨੂੰ ਸਭ ਕੁਝ ਪਤਾ ਹੈ ਮੈਂ ਕੀ ਦਸਾਂ ਬਾਬਾ ਈਸ਼ਰ ਸਿੰਘ ਜੀ ਨੇ ਵਚਨ ਕੀਤਾ ਨਹੀਂ ਤੂੰ ਹੀ ਦੱਸ ਪੁੱਚੋ ਵਾਲੇ ਬਾਬਾ ਜੀ ਮਹਾਪੁਰਖ ਵੀ ਕਹਿੰਦੇ ਸਨ ਰਿਸ਼ੀ ਜੀ ਵੀ ਕਹਿੰਦੇ ਸਨ ਪੁੱਚੋ ਵਾਲੇ ਬਾਬਾ ਜੀ ਮਹਾਪੁਰਖ ਵੀ ਕਹਿੰਦੇ ਸਨ ਰਿਸ਼ੀ ਜੀ ਵੀ ਕਹਿੰਦੇ ਸਨ ਜਿਤਨੇ ਵੀ ਸਤਕਾਰਯੋਗ ਨਾਮ ਸਨ ਉਸ ਤਰ੍ਹਾਂ ਬੁਲਾਉਂਦੇ ਸਨ ਲਾੜ ਨਾਲ ਕਦੇ ਕਦੇ ਹੋਰ ਨਾਮ ਨਾਲ ਵੀ ਬੁਲਾ ਲੈਂਦੇ ਸਨ ਜਿਹੜੇ ਅਸੀਂ ਨਹੀਂ ਕਹਿ ਜਾਂ ਲਿਖ ਸਕਦੇ ਫਿਰ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਨਹੀਂ ਬਾਬਾ ਜੀ ਦਾ ਸਰੀਰਕ ਨਾਮ ਕੀ ਲੈਂਦੇ ਸਨ ਤਾਂ ਅੱਗੋਂ ਬਜ਼ੁਰਗਾਂ ਨੇ ਦੱਸਿਆ ਸਰੀਰਕ ਨਾਮ ਤਾਂ ਆਨੰਦ ਸਿੰਘ ਵੀ ਲੈਂਦੇ ਸਨ ਤਾਂ ਅੱਗੋਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਬਾਬਾ ਜੀ ਦਾ ਅਸਲੀ ਨਾਮ ਆਨੰਦ ਸਿੰਘ ਹੈ ਆਨੰਦ ਲਫ਼ਜ਼ ਪਰਮ ਉੱਚ ਅਵਸਥਾ ਦਾ ਜਨਾਇਕ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਇਹ ਪੰਕਤੀ ਬਾਬਾ ਈਸ਼ਰ ਸਿੰਘ ਜੀ ਨੇ ਪੜ੍ਹੀ ਨਾਲ ਹੀ ਦੱਸਿਆ ਕਿ ਅਸੀਂ ਕੇਹਰ ਸਿੰਘ ਰਾਗੀ ਨੂੰ ਆਖ ਕੇ ਇੱਕ ਪ੍ਰਕਰਨ ਤਿਆਰ ਕਰਵਾਇਆ ਹੈ ਅਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਢੀਠਾ ਰਾਮ ਚਾਖੀ ਅੜਾ ਚਾਖੀ ਅੜਾ ਮੈਂ ਹਰ ਰਸ ਮੀਠਾ RAM ਹਰ ਰਸ ਮੀਠਾ ਮਨ ਮਹਿ ਉਠਾ ਸਤਗੁਰੂ ਟੂਠਾ ਸਹਿਜ ਭਾਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਚ ਦੁਸ਼ਟ ਓਏ ਭਾਗ ਗਿਆ ਸੀਤਲ ਅਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰ ਸਿਉ ਮਨ ਮੰਨਿਆ ਸੋ ਪ੍ਰਭ ਨੈਣੀ ਡੀਠਾ ਆਸ਼ਾ ਸ਼ੰਤ ਮਹੱਲਾ 5 ਅੰਗ 452 ਇਹ ਵਚਨ ਬਾਬਾ ਈਸ਼ਰ ਸਿੰਘ ਜੀ ਦੀ ਰਸਨਾ ਤੋਂ ਲੇਖਕ ਨੇ ਆਪਣੇ ਕੰਨੀਆਂ ਸੁਣਿਆ ਹੈ ਮੇਰੀ ਸਮਝ ਅਨੁਸਾਰ 100% ਦੀ ਸੱਚ ਹੈ ਜੇ ਕੋਈ ਸੱਜਣ ਆਪਣੇ ਆਪ ਨੂੰ ਬਾਬਾ ਈਸ਼ਰ ਸਿੰਘ ਜੀ ਨਾਲੋਂ ਸਿਆਣਾ ਸਮਝਦਾ ਹੈ ਉਹ ਜਾਣੇ ਹੋਰ ਬਾਬਾ ਆਨੰਦ ਸਿੰਘ ਜੀ ਦੇ ਨਿਕਟ ਵਰਤੀ ਹਜੂਰੀ ਸੇਵਕ ਬਾਬਾ ਹਜੂਰਾ ਸਿੰਘ ਜੀ ਵੀ ਬਾਬਾ ਜੀ ਦਾ ਨਾਮ ਸਤਕਾਰ ਵਜੋਂ ਆਨੰਦ ਸਿੰਘ ਹੀ ਲੈਂਦੇ ਸਨ ਹੋਰ ਸੰਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀ ਜੋ ਲਿਖਤ ਲਿਖਾਰੀ ਪਾਸ ਹੈ ਉਸ ਵਿੱਚ ਪੁੱਚੋ ਵਾਲਿਆਂ ਦਾ ਨਾਮ ਮਹਾਹਰਨਾਮ ਸਿੰਘ ਕਲੇਰਾਂ ਵਾਲਿਆਂ ਦਾ ਨਾਮ ਆਨੰਦ ਸਿੰਘ ਹੀ ਹੈ ਉਪਰੰਤ ਜੋ ਕੁਝ ਮਾਤਾ ਪਿਤਾ ਤੋਂ ਲੇਖਕ ਨੇ ਸੁਣਿਆ ਬਾਬਾ ਜੀ ਦਾ ਨਾਮ ਆਨੰਦ ਸਿੰਘ ਹੀ ਸੁਣਿਆ ਹੈ ਅਨੰਤ ਸ਼ਬਦ ਪਰਿਪੂਰਨ ਸ਼ਬਦ ਹੈ ਬ੍ਰह्म ज्ञानी ਕੈ ਮਨ ਪਰਮ ਆਨੰਦ ਬ੍ਰह्म ज्ञानी ਕੈ ਕਰ ਸਦਾ ਆਨੰਦ ਸੁਖਮਣੀ ਸਾਹਿਬ ਦੀ 8ਵੀਂ ਅਸ਼ਟਪਦੀ ਦੀ 5ਵੀਂ ਪੌੜੀ ਸਾਰੀ ਪੜ ਕੇ ਦੇਖ ਲਵੋ ਸਤਗੁਰ ਨੇ ਆਨੰਦ ਪਦ ਦੀ ਕੀ ਵਿਆਖਿਆ ਕੀਤੀ ਹੈ ਗੁਰੂ ਅਮਰਦਾਸ ਜੀ ਨੇ فرمایا ਹੈ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਸਤ ਗੁਰ ਨਾਲ ਅਭੇਦ ਗੁਰੂ ਨਾਨਕ ਨਾਲ ਇੱਕ ਮਿਕ ਆਨੰਦ ਸ਼ਬਦ ਬਾਬਾ ਜੀ ਦੀ परम उच्च अवस्था ਨੂੰ ਜਨਾਉਣ ਵਾਲਾ ਹੈ ਲੇਖਕ ਦਾਸ ਨੇ ਤਾਂ ਹੀ ਵਰਤਿਆ ਹੈ ਮੇਰਾ ਕੋਈ ਨਵੀਂ ਗੱਲ ਲੇਖ ਕੇ ਆਪਣੀ ਵਿਸ਼ੇਸ਼ਤਾ ਹੀ ਜਨਾਉਣ ਦਾ ਯਤਨ ਨਹੀਂ ਹੈ ਜਿੰਨਾ ਸ਼ਬਦਾਂ ਵਿੱਚ ਪੁੱਛੋ ਵਾਲਿਆਂ ਨੇ ਬਾਬਾ ਜੀ ਵੜਿਆਏ ਅਤੇ ਉਹਨਾਂ ਸ਼ਬਦਾਂ ਨਾਲ ਹੀ ਬਾਬਾ ਜੀ ਦੀ ਵਡਿਆਈ ਲੇਖਕ ਨੇ ਕਰਨੀ ਪਰਮ ਧਰਮ ਸਮਝਿਆ ਹੈ ਜੇ ਦਾਸ ਨੇ ਆਪਣੇ ਕੋਲੋਂ ਕੋਈ ਗੱਲ ਬਣਾਉਣੀ ਲਿਖੀ ਹੋਵੇ ਤਾਂ ਸਤਿਗੁਰ ਜਾਣਦੇ ਹਨ ਜਾਂ ਦਾਸ ਜਾਣਦਾ ਹੈ ਸਵਈਆ ਹੂਲ ਚੂਕ ਜੋ ਭਈ ਹਮ ਤੇ ਗੁਰ ਸੋ ਕਿੰਕਰ ਤੁਮ ਤੇ ਬਖਸਾਵਤ ਲਾਜ ਰਖੋ ਨਿਜ ਨਾਮ ਆਪਣੇ ਕੀ ਸੇਖ ਮੈਂ ਤੁਮਰੋ ਜਗ ਮਹਿ ਕਹਾਵਤ ਤੂ ਬਖਸ਼ਿੰਦ ਸਦਾ ਸੁਖਦਾਇਕ ਸੋ ਮਲ ਨਾਹੀ ਵਿਖੇ ਛੁਟਕਾਵਤ ਲੋਹੇ ਤੇ ਹਮ ਪਾਰਸ ਅਰਿੰਡ ਤੇ ਚੰਦਨ ਮਾਨੁਖ ਤੇ ਸੁਰ ਤੂੰ ਹੀ ਬਨਾਵਤ ਲੇਖਕ ਕਵੀ ਸੰਤੋਖ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ